ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਨਾਲ ਤੁਹਾਨੂੰ ਹੁਣ ਰੂਬਰੂ ਕਰਾਉਣ ਜਾ ਰਹੇ ਹਾਂ। ਖਬਰ ਜੁੜੀ ਹੈ ਕੂੰਬੜਾ ਦੇ ਵਿੱਚ ਹੋਏ ਕਤਲਕਾਂਡ ਨੂੰ ਲੈ ਕੇ। ਤੁਹਾਨੂੰ ਦੱਸ ਦਈਏ ਕਿ ਇਸ ਕਤਲਕਾਂਡ ਦੇ ਵਿੱਚ ਹੁਣ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਹੋਇਆ ਇੱਕ ਆਰੋਪੀ ਗ੍ਰਿਫਤਾਰ ਕਰ ਲਿੱਤਾ ਗਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਸਵੇਰ ਤੋਂ ਹੀ ਇਸ ਪੂਰੇ ਮਾਮਲੇ ਦੇ ਵਿੱਚ ਨਜ਼ਰ ਗੜਾਏ ਹੋਏ ਸੀ, ਕਿਉਂਕਿ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਸੜਕ ਜਾਮ ਕਰ ਦਿੱਤੀ ਗਈ ਸੀ। ਸੜਕ ਦੇ ਉੱਤੇ ਜੋ ਡੈੱਡ ਬੋਡੀ ਸੀ ਉਹ ਰੱਖ ਕੇ ਅਤੇ ਨਾਲ ਧਰਨਾ ਕੀਤਾ ਜਾ ਰਿਹਾ ਸੀ, ਜਿੱਥੇ ਕਿ MLA ਕੁਲਵੰਤ ਸਿੰਘ ਅਤੇ SSP ਦੀਪਕ ਪਾਰੀਕ ਵੀ ਪਹੁੰਚੇ ਸੀ। ਉਹਨਾਂ ਵੱਲੋਂ ਇਨਸਾਫ਼ ਦਾ ਭਰੋਸਾ ਵੀ ਜਿਤਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ ਪੁਲਿਸ ਨੇ ਇੱਕ ਆਰੋਪੀ ਗ੍ਰਿਫਤਾਰ ਕਰ ਲਿੱਤਾ ਹੈ। ਮੇਰੇ ਨਾਲ ਫੋਨ ਲਾਈਨ 'ਤੇ ਇਸ ਵੇਲੇ ਬੱਬਰ ਫੋਨ ਲਾਈਨ 'ਤੇ ਜੁੜੇ ਹੋਏ ਨੇ। ਜੀ ਬੱਬਰ, ਇਸ ਪੂਰੇ ਮਾਮਲੇ ਦਾ ਮੈਂ ਚਾਹਾਂਗਾ ਇੱਕ ਵਾਰੀ ਤੁਸੀਂ ਸ਼ੋਰਟ ਦੇ ਵਿੱਚ ਇਹਨੂੰ ਸੰਖੇਪ ਦੇ ਵਿੱਚ ਦੱਸ ਦਿਓ ਕਿ ਕੀ ਇਹ ਪੂਰਾ ਮਾਮਲਾ ਸੀ ਅਤੇ ਹੁਣ ਇੱਕ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਕੀ ਮਾਮਲਾ ਹੈ? ਜੀ ਬਿਲਕੁਲ, 2 ਦਿਨ ਪਹਿਲਾਂ ਹੀ ਕੁੰਬੜੇ ਦੇ ਵਿੱਚ ਛੋਟੀ ਜੀ ਗੱਲ ਨੂੰ ਦੱਸਾ ਵਸਾਈ ਦਾ ਜਿਹੜਾ ਰੂਪ ਹੈ ਉਹ ਕਤਲ ਦੇ ਵਿੱਚ ਧਾਰਨ ਹੋ ਗਿਆ। ਦੱਸ ਦਈਏ ਕਿ ਜਿਹੜਾ ਦਮਨ ਕੁਮਾਰ ਹੈ ਜਿਹਦਾ ਕਿ ਚਾਕੂਆਂ ਮਾਰ ਕੇ ਕਤਲ ਕਰ ਦਿੱਤਾ, ਜਿਹੜਾ ਦਿਲਪ੍ਰੀਤ ਹੈ ਉਸ ਟਾਈਮ ਦੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ। ਦਰਮਿਆਨ ਇਹਨਾਂ ਜਿਹੜੀ ਪੁਲਿਸ ਹੈ ਜਿਹੜੇ ਘਰਦੇ ਆ ਉਹਨਾਂ ਦੇ ਨਾਖੁਸ਼ ਸੀ ਪੁਲਿਸ ਤੋਂ, ਉਸ ਤੋਂ ਬਾਅਦ ਉਹਨਾਂ ਨੇ 79 ਸੈਕਟਰ ਏਅਰਪੋਰਟ ਤੇ ਧਰਨਾ ਲਗਾ ਲਿਆ। 2 ਦਿਨ ਹੋ ਗਏ ਤੇ ਧਰਨਾ ਲੱਗੇ ਨੂੰ, ਪੁਲਿਸ ਨੇ ਉੱਪਰ ਕਾਫੀ ਦਬਾਅ ਬਣਾਇਆ ਜਿਸਦੇ ਪੁਲਿਸ ਤੇ ਦਬਾਅ ਪੈਂਦੇ ਹੋਏ ਇੱਕ ਦੋਸ਼ੀ ਜਿਹੜਾ ਗੌਰਵ ਹੈ ਦੱਸਿਆ ਜਾ ਰਿਹਾ ਕਿ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਕਿਹੜਾ ਮੋਟਰਸਾਈਕਲ ਹੈ ਉਹ ਵੀ ਉੱਥੋਂ ਬਰਾਮਦ ਕਰ ਲਿਆ। ਉਸਨੂੰ ਹੁਣ ਕੋਰਟ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆ, 3 ਦਿਨ ਦਾ ਰਿਮਾਂਡ ਲਿਆ। 18 ਤਰੀਕ ਨੂੰ ਉਹਨੂੰ ਫੇਰ ਪੇਸ਼ ਕਰਨਾ। ਰਿਮਾਂਡ ਦਰਮਿਆਨ ਉਸ ਤੋਂ ਪੁੱਛਗਿੱਛ ਕਰਨੀ ਹੈ ਕਿ ਜਿਹੜੇ ਬਾਕੀ ਦੋਸ਼ੀ ਨੇ ਉਹ ਕਿਹੜੀ ਕਿਹੜੀ ਜਗ੍ਹਾ ਤੇ ਫਰਾਰ ਹੋਏ। ਜੀ ਤਾਂ ਬੱਬਰ, ਹੁਣ ਪਹਿਲੀ ਗ੍ਰਿਫਤਾਰੀ ਹੋ ਚੁੱਕੀ ਹੈ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਕਿਹਾ ਕਿ SSP ਦੀਪਕ ਪਾਰੀਕ ਨੇ ਮੁਲਾਕਾਤ ਕੀਤੀ ਸੀ, ਉਹਨਾਂ ਵੱਲੋਂ ਇਨਸਾਫ਼ ਦਾ ਭਰੋਸਾ ਜਿਤਾਇਆ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਅਤੇ ਪਹਿਲੀ ਗ੍ਰਿਫਤਾਰੀ ਹੋ ਜਾਂਦੀ ਹੈ। ਉਸ ਤੋਂ ਬਾਅਦ ਪੁਲਿਸ ਦੇ ਨਾਲ ਕੀ ਗੱਲਬਾਤ ਹੋ ਸਕੀ ਹੈ? ਉਹਨਾਂ ਨੇ ਕੁਝ ਆਪਣੇ ਬਿਆਨ ਦਰਜ ਕਰਵਾਏ ਨੇ? ਜੀ ਬਿਲਕੁਲ, ਫਿਰ ਪੁਲਿਸ ਇਸ ਮਾਮਲੇ ਨੂੰ ਬੋਲਣ ਨੂੰ ਕੁਛ ਵੀ ਤਿਆਰ ਨਹੀਂ। ਉਹਨਾਂ ਨੇ ਸਿਰਫ ਇਹਨਾਂ ਦੱਸਿਆ ਕਿਸ ਦਿਨ ਦਾ ਸੀ ਰਿਮਾਂਡ ਲਿਆ, ਰਿਮਾਂਡ ਦਰਮਿਆਨ ਇਸ ਤੋਂ ਪੁੱਛਗਿੱਛ ਕਰੂਗੀ ਤੇ ਪੁਲਿਸ ਵੀ ਕਿੱਥੇ ਗਏ ਆ। ਬਾਕੀ SSP ਇਸ ਮੌਕੇ ਤੇ ਪਹੁੰਚੇ ਸੀ, ਉਹਨਾਂ ਨੇ ਪਰਿਵਾਰ ਨੂੰ ਭਰੋਸਾ ਵੀ ਦਿੱਤਾ ਸੀ। ਮੌਕੇ ਦੇ MLA ਸਰਦਾਰ ਕੁਲਵੰਤ ਸਿੰਘ ਵੀ ਮੌਜੂਦਾ MLA ਜਿਹੜੇ ਪਹੁੰਚੇ ਸੀਗੇ, ਉਹਨਾਂ ਨੇ ਵੀ ਉਹਨਾਂ ਨੂੰ ਭਰੋਸਾ ਦਿਵਾਇਆ ਵੀ ਬਹੁਤ ਜਲਦੀ ਇਹ ਕਾਤਲ ਹੈ, ਉਹਨਾਂ ਨੂੰ ਗ੍ਰਿਫਤਾਰ ਕਰਕੇ ਸੜਕਾਂ ਦੇ ਪਿੱਛੇ ਪਹੁੰਚਾਇਆ ਜਾਊਗਾ। ਲੇਕਿਨ ਜਿਹੜਾ ਪਰਿਵਾਰ ਹੈ ਉਹ ਫਿਲਹਾਲ ਧਰਨਾ ਦੇ ਪਿੱਛੇ, ਉਹਨਾਂ ਦਾ ਇਹ ਕਹਿਣਾ ਜਦੋਂ ਤੱਕ ਬਾਕੀ ਦੋਸ਼ੀ ਵੀ ਨਹੀਂ ਪਕੜੇ ਜਾਂਦੇ ਉਦੋਂ ਤੱਕ ਧਰਨਾ ਜਾਰੀ ਰਹੇਗਾ। ਹੁਣ ਕਿੰਨੇ ਦਿਨ ਹੋਰ ਲੱਗ ਗਿਆ ਉਹਨੂੰ ਪਕੜ 'ਚ, ਕਿੰਨੇ ਦਿਨ ਇਹ ਧਰਨਾ ਜਾਰੀ ਰਹੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਜੀ ਧੰਨਵਾਦ ਬੱਬਰ ਤਮਾਮ ਜਾਣਕਾਰੀ ਲਈ। ਤਾਂ ਵੱਡੀ ਅਪਡੇਟ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਦੇ ਉੱਤੇ ਤੁਹਾਨੂੰ ਦੇ ਰਹੇ ਹਾਂ। ਕੁੰਬੜਾ ਕਤਲਕਾਂਡ ਦੇ ਵਿੱਚ ਇੱਕ ਆਰੋਪੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਅਤੇ ਹੁਣ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਰਾਹਤ ਮਿਲੇ ਹੋਏਗੀ ਪਰਿਵਾਰ ਨੂੰ ਵੀ ਅਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਮੇਰੇ ਸਹਿਯੋਗੀ ਬੱਬਰ ਜੋ ਨੇ ਉਹ ਗਰਾਊਂਡ ਰਿਪੋਰਟ 'ਤੇ ਮੌਜੂਦ ਰਹੇ। ਉਹਨਾਂ ਵੱਲੋਂ ਪੁਲਿਸ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਅਤੇ ਉਸ ਆਰੋਪੀ ਦਾ ਚਿਹਰਾ ਵੀ, ਉਸ ਆਰੋਪੀ ਦੀ ਪਹਿਲੀ ਤਸਵੀਰ ਵੀ ਦੈਨਿਕ ਸਵੇਰਾ ਦੇ ਤੁਹਾਨੂੰ ਅਸੀਂ ਹੁਣ ਦਿਖਾਉਣ ਜਾ ਰਹੇ ਹਾਂ। ਤਾਂ ਦੇਖੋ ਕੀ ਕਿਹਾ ਮੇਰੇ ਸਹਿਯੋਗੀ ਬੱਬਰ ਨੇ ਜੋ ਕਿ ਗਰਾਊਂਡ ਰਿਪੋਰਟ ਗਰਾਊਂਡ ਜ਼ੀਰੋ 'ਤੇ ਮੌਜੂਦ ਸਨ। ਦੇ ਵਿੱਚ ਹੋਏ 2 ਦਿਨ ਪਹਿਲਾਂ ਕਤਲਕਾਂਡ ਦੇ ਵਿੱਚ ਇੱਕ ਦੋਸ਼ੀ ਜਿਹੜਾ ਪਕੜ ਲਿਆ ਪੁਲਿਸ ਨੇ, ਕੋਰਟ ਵਿੱਚ ਉਹਨੂੰ ਪੇਸ਼ ਕਰਕੇ ਉਸਦਾ ਰਿਮਾਂਡ ਲਿਆ ਗਿਆ। ਪੁਲਿਸ ਨੂੰ ਪੁੱਛਿਆ ਗਿਆ ਕਿ ਕਿੰਨੇ ਦਿਨ ਦਾ ਰਿਮਾਂਡ ਹੈ, ਜੇ ਤੁਸੀਂ ਦੇਖ ਸਕਦੇ ਸਾਹਮਣੇ ਤਸਵੀਰਾਂ, ਜਿਹੜਾ ਦੋਸ਼ੀ ਹੈ ਉਹਨੂੰ ਕੋਰਟ ਵਿੱਚ ਪੇਸ਼ ਕਰਕੇ ਲੈ ਕੇ ਆ ਰਹੇ ਨੇ ਪੁਲਿਸ, ਅਤੇ ਬਾਕੀ ਜਣੇ ਹਜੇ ਫਰਾਰ ਹੈ। ਬਾਕੀ ਪੁਲਿਸ ਤੋਂ ਵੀ ਪੁੱਛਦੇ ਆ ਵੀ ਕਿੱਥੇ ਹਜੇ ਸਰ ਕਿੰਨੇ ਦਿਨ ਦਾ ਰਿਮਾਂਡ ਲਿਆ ਜੀ? 18 ਤੱਕ ਦਾ ਰਿਮਾਂਡ ਹੈ ਜੀ। ਕੀ ਨਾਮ ਕੀ ਹੈਗਾ? ਇਹਦਾ ਗੌਰਵ ਨਾਮ ਹੈ ਜੀ ਦਾ। ਮੇਨ ਦੋਸ਼ੀ? ਹਾਂਜੀ ਹਾਂਜੀ ਹਾਂਜੀ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹਨੂੰ ਮੇਨ ਦੋਸ਼ੀ ਦੱਸਿਆ ਜਾ ਰਿਹਾ ਹੈ। ਇਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਹੁਣ ਕੋਰਟ 'ਚ ਪੇਸ਼ ਕਰ ਲਿਆ, ਇਸਦਾ ਰਿਮਾਂਡ ਲੈ ਲਿਆ ਗਿਆ। ਉਸ ਤੋਂ ਬਾਅਦ ਹੁਣ ਜਿਹੜੇ ਬਾਕੀ ਦੋਸ਼ੀਆਂ ਦੀ ਪੁੱਛਗਿੱਛ ਕੀਤੀ ਜਾਊਗੀ ਰਿਮਾਂਡ ਦੌਰਾਨ ਵੀ ਜਿਹੜੇ ਬਾਕੀ ਦੋਸ਼ੀ ਹੈ ਉਹ ਕਿੱਥੇ ਫਰਾਰ ਹੋਏ ਨੇ, ਕਿਹੜੀ ਜਗ੍ਹਾ 'ਤੇ ਲੁਕੇ ਹੋਏ ਨੇ,
ਪੁਲਿਸ ਨੂੰ ਬਹੁਤ ਜਲਦੀ ਹੀ ਵੱਡੇ ਖੁਲਾਸੇ ਕਰਨ ਜਾ ਰਹੀ ਹੈ, ਕਿਉਂਕਿ ਕੋਰਟ ਦੇ ਵਿੱਚ ਹੁਣ ਪੇਸ਼ ਕਰਕੇ ਇਹਦਾ ਰਿਮਾਂਡ ਜ਼ਰੂਰ ਲੈ ਲਿਆ ਗਿਆ। ਬਾਕੀ ਦੋਸ਼ੀ ਕਿਹੜੀ ਕਿਹੜੀ ਜਗ੍ਹਾ ਲੁਕੇ ਨੇ, ਕਿੱਥੇ ਗਏ ਨੇ, ਹੁਣ ਪੁਲਿਸ ਨੇ ਤਾਂ ਪੁੱਛਗਿੱਛ ਵੀ ਕਰ ਦੀ। ਦੱਸ ਦਈਏ ਕਿ ਜਿਹੜਾ 79 78 ਸੈਕਟਰ ਜਿਹੜਾ ਰੋਡ ਹੈ, ਏਅਰਪੋਰਟ ਰੋਡ, ਉੱਥੇ ਧਰਨਾ ਲੱਗਿਆ ਹੋਇਆ ਬਕਾਇਦਾ, ਦੋ ਦਿਨ ਤੋਂ ਉੱਥੇ ਧਰਨਾ ਜਾ ਰਹੀ ਹੈ, ਕਿਉਂਕਿ ਪੁਲਿਸ 'ਤੇ ਵਿਸ਼ਵਾਸ ਉਹਨਾਂ ਨੂੰ ਨਹੀਂ ਸੀ, ਇਸ ਕਰਕੇ ਉਹਨਾਂ ਨੇ ਧਰਨਾ ਲਾਇਆ। ਪੁਲਿਸ ਨੇ ਵੀ ਪ੍ਰੈਸ਼ਰ ਦੇ ਵਿੱਚ ਆਉਂਦੇ ਹੋਏ ਇੱਕ ਦੋਸ਼ੀ ਨੂੰ ਜ਼ਰੂਰ ਗ੍ਰਿਫਤਾਰ ਕਰ ਲਿਆ ਅਤੇ ਬਾਕੀ ਦੋਸ਼ੀਆਂ ਦੀ ਵੀ ਹਜੇ ਜਲਦੀ ਭਾਲ ਜਾ ਰਹੀ ਹੈ। ਮੋਹਾਲੀ ਤੋਂ ਦੈਨਿਕ ਸਵੇਰ ਵਾਲੀ ਭੁਪਿੰਦਰ ਬੱਬਰ।